ਗੱਲਾਂ ਫਿੱਟ ਹੁੰਦੀਆਂ ਤੇ ਆਪਾਂ ਪੇਟੀ ਦਾ ਫਿੱਟ ਓਕੇ ਕਰਤੀ, ਪਿੱਛੇ ਹੀ ਆਪਾਂ ਪਲੇਅਰ ਫਿੱਟ ਕਰਤਾ, ਠੀਕ ਆ। ਮਗਰ ਪਲੇਅਰ ਤੁਹਾਨੂੰ ਲੁੱਕ ਦਿਖਾਵਾਂਗੇ, ਟਰੈਕਟਰ ਦੇ ਟਾਇਰ ਵਗੈਰਾ ਵੀ ਆਪਾਂ ਦੂਜੇ ਪਾ ਦੇ ਸੀ ਐਤਕੀ, ਜਿਹੜੇ ਚੌੜੇ ਟਾਇਰ ਜਿਹਨੂੰ ਆਪਾਂ ਕਹਿੰਦੇ ਹੈਗੇ ਅਤੇ ਉਹ ਲਾਤੇ ਸੀ, ਅਤੇ ਹੁਣ ਆਪਾਂ ਇਹਦਾ ਮੇਨ ਆ ਜਿਹੜਾ ਸਿਸਟਮ ਫਿੱਟ ਕਰ ਲਓ। ਮਿੱਤਰੋ ਪਾਰਟ 2 ਦੇ ਵਿੱਚ ਤੁਹਾਡਾ ਸਵਾਗਤ ਹੈ। ਲਓ ਵੀ ਆਪਾਂ ਛੱਤਰੀ ਬਿਲਕੁਲ ਓਕੇ ਰੈਡੀ ਕਰ ਲਈ, ਸਿਸਟਮ ਦਾ ਤੁਹਾਨੂੰ ਪਤਾ ਹੀ ਆਪਣਾ ਰੈਡੀ ਆ, ਅਤੇ ਛੱਤਰੀ ਆਪਾਂ ਬਿਲਕੁਲ ਓਕੇ ਕਰਤੀ, ਅਤੇ ਕੁਲਦੀਪ ਨਟ ਵਗੈਰਾ ਕਸੀ ਜਾਂਦਾ ਗਾ ਹੁਣ, ਜਿਹੜੀਆਂ ਆਪਾਂ ਮੇਨ ਪੱਤੀਆਂ ਨੇ ਉਹ ਆਪਾਂ ਕਸ ਲਈਆਂ, ਅਤੇ ਟਰੈਕਟਰ ਆਪਣਾ 9500 ਆ ਗਿਆ, ਇਹਦੇ ਉੱਤੇ ਲਾਉਣੇ ਆ ਅੱਜ। ਪਹਿਲਾਂ ਆਪਾਂ ਇਹ ਫਿੱਟ ਹੋਊਗੀ, ਇਹ ਤੋਂ ਬਾਅਦ ਦੇ ਵਿੱਚ ਇਹਦੀ ਫਾਈਬਰ ਫਿੱਟ ਹੋਊਗੀ, ਅਤੇ ਨਾਲ ਦੀ ਨਾਲ ਇਹਦਾ ਮਿਊਜ਼ਿਕ ਸਿਸਟਮ ਫਿੱਟ ਹੋ। ਮਿੱਤਰੋ ਬਣੇ ਰਹੋ ਵੀਡੀਓ ਨਾਲ, ਅਤੇ ਆਪਾਂ ਕਰਦੇ ਹਾਂ ਹੁਣ ਇਹਦੀ ਫਿਟਿੰਗ, ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਲੱਗਦਾ। ਲਓ ਮਿੱਤਰੋ ਆਪਣੇ ਭਰਾ ਰਣਜੀਤ ਹੁਣੀ ਆ ਗਏ ਨੇ ਚੈੱਕ ਕਰਨ ਵੀ ਕਿਵੇਂ ਬਣਿਆ ਸ਼ੀਸ਼ਾ ਵਗੈਰਾ, ਅਤੇ ਆਹ ਸਾਰੀ ਕਾਰੀਗਰੀ ਬਾਈ ਦੀ, ਆਪਾਂ ਤਾਂ ਇਕੱਲਾ ਫਿੱਟ ਹੀ ਕਰਿਆ, ਅਤੇ ਜੋ ਵੀ ਲੋਗੋ ਵਗੈਰਾ ਕੱਢ ਕੇ ਦਿੱਤਾ ਉਹ ਬਾਈ ਨੇ ਕੱਢ ਕੇ ਦਿੱਤਾ ਗਾ, ਅਤੇ ਉਹ ਜਿਹੜੇ ਬਾਹਰੇ ਵੀ ਛੱਤਰੀ ਦਾ ਵੀ ਜਿਹੜਾ ਪ੍ਰੋਜੈਕਟ ਭਰਾ ਨੇ ਆਪਾਂ ਨੂੰ ਕਰਕੇ ਦਿੱਤਾ, ਉਹ ਵੀ ਸਾਰਾ ਇਹਦੀ ਕਾਰੀਗਰੀ ਕਰੀ ਹੋਈ ਆ। ਅਤੇ ਆਪਣੇ ਭਰਾ ਨੂੰ ਸਕਰੀਨ 'ਤੇ ਨੰਬਰ ਚੱਲੀ ਜਾਂਦਾ, ਜਿਹੜੇ ਜਿਹੜੇ ਮੇਰੇ ਵੀਰ ਨੇ ਇਹ ਕੰਮ ਕਰਵਾਉਣਾ ਹੈ ਨਾ, ਸਕਰੀਨ ਵਗੈਰਾ ਦਾ ਜਾਂ ਆਹ ਡੈਕੋਰੇਸ਼ਨ ਵਗੈਰਾ, ਕੋਈ ਵੀ ਮਿਊਜ਼ਿਕ ਸਿਸਟਮ 'ਤੇ ਜਾਂ ਹੋਰ ਵੀ ਕਈ ਚੀਜ਼ਾਂ ਆਉਂਦੀਆਂ ਨੇ ਹੈ ਨਾ, ਹਰੇਕ ਚੀਜ਼ ਜਿੱਦਾਂ ਬੰਦੇ ਦਾ ਦਿਮਾਗ ਚੱਲਦਾ, ਜਿਹੜੀ ਜਿਹੜੀ ਚੀਜ਼ 'ਤੇ ਲਾਉਣਾ ਭਰਾ ਨੂੰ ਕਨੈਕਟ ਕਰਿਓ, ਸਕਰੀਨ 'ਤੇ ਨੰਬਰ ਚੱਲੀ ਜਾਂਦਾ। ਰਣਜੀਤ ਆ ਬਾਈ ਦਾ ਨਾਮ, ਅਤੇ 11 ਸੇਵਾ ਦਾ ਮੌਕਾ ਬਾਈ ਨੂੰ ਜ਼ਰੂਰ ਦਿਓ, ਕੰਮ ਪਸੰਦ ਦੀ ਆਪਣੀ ਫੁੱਲ ਗਰੰਟੀ ਆ। ਜਿੰਨਾ ਵੀ ਆਪਣੀ ਦੁਕਾਨ ਦਾ ਮੰਨ ਕੇ ਚਲੋ ਆਹ ਕੰਮ ਹੁੰਦਾ ਜਾਂ ਡੈਕੋਰੇਸ਼ਨ ਦੀ ਕੋਈ ਵੀ ਚੀਜ਼ ਹੁੰਦੀ ਹੈ, ਇਹ ਬਾਈ ਤੋਂ ਹੁੰਦੀ ਆ। ਬੋਰਡ ਵਗੈਰਾ ਜੋ ਵੀ ਮੈਂ ਦੁਕਾਨ ਦੇ ਸਟਿੱਕਰ ਵਗੈਰਾ ਵੀ ਜਿੱਥੋਂ ਆਪਾਂ ਲਾਈਏ, ਕੋਈ ਲੋਗੋ ਵਗੈਰਾ, ਆਪਣਾ ਬਾਈ ਤਿਆਰ ਕਰਕੇ ਦਿੰਦਾ, ਭਰਾ ਨੂੰ ਕਨੈਕਟ ਜ਼ਰੂਰ ਕਰਿਓ। ਅਤੇ ਬਾਕੀ ਦੋਸਤੋ ਕਰਦੇ ਆਪਾਂ ਛੇਤੀ ਸਿਸਟਮ ਫਿੱਟ, ਅਤੇ ਟਰੈਕਟਰ ਵੀ ਕਹਿੰਦਾ ਮੇਰੇ ਤੋਂ ਛੇਤੀ ਫਿੱਟ ਕਰ ਦਿਓ ਮਿੱਤਰੋ ਸਿਸਟਮ, ਅਤੇ ਕਰਦੇ ਆਪਾਂ ਹੁਣ ਫਿਟਿੰਗ, ਫਿਰ ਚਲਾਉਂਦੇ ਆਪਾਂ ਸਿਸਟਮ, ਠੀਕ ਆ। ਕਿਵੇਂ ਚੱਲ ਲਓ ਵੀ ਮਿੱਤਰੋ, ਛੱਤਰੀ ਆਪਾਂ ਇਕੱਲੀ ਫਿੱਟ ਕਰਤੀ, ਮੰਨ ਕੇ ਚਲੋ ਛੱਤਰੀ ਨਹੀਂ, ਇਕੱਲੀ ਉੱਤਲੀ ਫਰੇਮਿੰਗ ਫਿੱਟ ਕਰਤੀ ਆਪਾਂ, ਅਤੇ ਕਰੋ ਚੈੱਕ ਇਹਦੇ ਉੱਤੇ ਆਪਾਂ ਇਹਦੋ ਬਾਅਦ ਚਲਾਉਣੀ ਆ ਫਾਈਬਰ, ਜਿਹੜੀ ਇਹਦੀ 9500 ਦੀ ਆ, ਉਹ ਫਾਈਬਰ ਲਾਉਣੀ ਆ, ਅਤੇ ਵਿਚਾਲੇ ਆਪਾਂ ਲਾ ਰਹੇ ਹਾਂ ਹੁਣ ਇਹਨੂੰ, ਮਾੜਾ ਖੁੱਲ੍ਹਾ ਕਰ ਰਹੇ ਹਾਂ ਕਿਉਂਕਿ ਪੇਟੀ ਥੋੜ੍ਹੀ ਟਾਈਟ ਜ਼ਿਆਦਾ ਗਈ, ਅਤੇ ਪੂਰਾ ਪੂਰਾ ਜੈੱਕ ਆਪਾਂ ਲਾ ਕੇ, ਅਤੇ ਨਾਲ ਲੱਕੜ ਲਾ ਕੇ ਨਾ ਸਿੱਧਾ ਕਰਤਾ, ਅਤੇ ਪੇਟੀ ਆਪਾਂ ਹੁਣ ਇਹਦੀ ਪੇਟੀ ਫਿੱਟ ਕਰਾਂਗੇ। ਪੇਟੀ ਫਿੱਟ ਕਰਕੇ ਫਿਰ ਇਹਦੀ ਮੇਨ ਵਾਇਰਿੰਗ ਰਹਿ ਜੂ, ਅਤੇ ਤੁਹਾਨੂੰ ਲੁੱਕ ਦਿਖਾਵਾਂਗੇ, ਟਰੈਕਟਰ ਦੇ ਟਾਇਰ ਵਗੈਰਾ ਵੀ ਆਪਾਂ ਦੂਜੇ ਪਾ ਦੇ ਸੀ ਐਤਕੀ, ਜਿਹੜੇ ਚੌੜੇ ਟਾਇਰ ਜਿਹਨੂੰ ਆਪਾਂ ਕਹਿੰਦੇ ਹੈਗੇ ਅਤੇ ਉਹ ਲਾਤੇ ਸੀ, ਅਤੇ ਹੁਣ ਆਪਾਂ ਇਹਦਾ ਮੇਨ ਆ ਜਿਹੜਾ ਸਿਸਟਮ ਫਿੱਟ। ਲਓ ਵੀ ਮਿੱਤਰੋ ਕਰੋ ਚੈੱਕ, ਕਰਾ ਪੇਟੀ ਕੱਸਤੀ ਆਪਾਂ, ਅਤੇ ਉੱਤਰੇ ਓਵਰ ਰਹਿ ਗਏ, ਅਤੇ ਲੁੱਕ ਚੈੱਕ ਕਰੋ, ਠੀਕ ਹੈ। ਜਿਹੜੀ ਆ ਮੂਹਰੇ ਗੈਪ ਵੱਜਦੀ ਵੀ ਆਪਾਂ ਲੁਕੋਵਾਂਗੇ, ਇਹਦੇ ਉੱਤੇ ਵੀ ਕੋਈ ਚੀਜ਼ ਦਾ ਆਪਾਂ ਲੋਗੋ ਲਾਵਾਂਗੇ, ਅਤੇ ਉੱਪਰਲੀ ਸਾਈਡ ਛੱਤ ਵਗੈਰਾ ਦੇ ਨਾਲ ਜਿਵੇਂ ਮੈਚਿੰਗ ਕਰ ਗਈ, ਅਤੇ ਪੇਟੀ ਥੋੜ੍ਹੀ ਜਿਹੀ ਮੁਸ਼ਕਲ ਨਾਲ ਫਿੱਟ ਹੁੰਦੀ ਹੈ, ਅਤੇ ਆਪਾਂ ਪੇਟੀ ਦਾ ਫਿੱਟ ਓਕੇ ਕਰਤੀ, ਪਿੱਛੇ ਹੀ ਆਪਾਂ ਪਲੇਅਰ ਫਿੱਟ ਕਰਤਾ, ਠੀਕ ਆ। ਮਗਰ ਹੀ ਪਲੇਅਰ ਫਿੱਟ ਹੋ ਗਿਆ, ਅਤੇ ਹੁਣ ਹਰਜਿੰਦਰ ਇਹ ਸਪੀਕਰ ਕੱਸੂਗਾ, ਉਹ ਸਪੀਕਰ ਲੱਗ ਗਿਆ ਸਰ, ਅਤੇ ਦੂਆਂ ਤੁਸੀਂ ਲੁੱਕ ਚੈੱਕ ਕਰਿਓ ਗਰਾਂਟ ਰਾਈਟ ਦੀ, ਠੀਕ ਆ, ਕਿੱਦਾਂ ਲੱਗਦਾ। ਮਗਰ ਉਹਨੇ ਤੁਹਾਨੂੰ ਦਿਖਾ ਦਿੰਦਾ ਵੀ ਪੇਟੀ ਦਾ ਕਿੰਨਾ ਕੁ ਫਰਕ ਪੈ ਗਿਆ। ਲਓ ਜੀ ਕਰੋ ਚੈੱਕ ਕਰਾਂ, ਠੀਕ ਆ, ਪਲੇਅਰ ਦਾ ਵਾਹਵਾ ਵੱਡਾ ਆ ਗਿਆ ਥੱਲੇ ਨੂੰ, ਅਤੇ ਪਰ ਲੋਟ ਹੀ ਇੱਥੇ ਆਉਂਦਾ, ਹੋਰ ਤਾਂ ਇਹਦੇ ਪਰ ਜਗ੍ਹਾ ਹੈ ਨਹੀਂ ਸੀਗੀ, ਸਵੈਟਿੰਗ ਹੁਣ ਹੋ ਗਈ, ਅਤੇ ਮੇਨ ਬਸ ਇਕੱਲੀਆਂ ਵਾਇਰਾਂ ਰਹੀਆਂ ਜੋੜਨ ਵਾਲੀਆਂ, ਹੁਣ ਬਸ ਵਾਇਰਾਂ ਆਪਾਂ ਲਾਉਣੇ ਆ, ਕਰਦੇ ਆ ਕਨੈਕਸ਼ਨ, ਫਿਰ ਤੁਹਾਨੂੰ ਦਿਖਾਉਣੇ ਆ ਚਲਾ ਕੇ ਵੀ ਕਿੱਦਾਂ ਗੱਲਬਾਤ ਬਣਦੀ ਹੈ ਇਹਦੀ। ਲਓ ਵੀ ਹੁਣ ਛੱਤਰੀ ਦੇ ਉੱਪਰਲੇ ਕਨੈਕਸ਼ਨ ਕਰਨੇ ਆਗੇ, ਅਤੇ ਇੱਧਰ ਜਿਹੜੀਆਂ ਤਾਰਾਂ ਉੱਤੇ ਆ ਗਈਆਂ ਅਰਥ ਵਗੈਰਾ, ਅਤੇ ਉੱਪਰ ਕਰੰਟ ਵਾਲੀ ਤਾਰ ਆ ਗਈ, ਆ ਬਾਰ ਲਾਈਟ ਵਾਲੀ ਆ ਗਈ ਫਰੰਟ ਦੀ, ਅਤੇ ਇਹਦੇ ਹੁਣ ਆਪਾਂ ਕਨੈਕਸ਼ਨ ਕਰਦੇ ਹਾਂਗੇ, ਅਤੇ ਇਹਨਾਂ ਨੂੰ ਚਲਾਉਂਦੇ ਹਾਂ। ਆਹ ਜਿਹੜਾ ਮੇਨ ਕਰੰਟ ਆਪਣਾ ਆ ਗਿਆ, ਅਤੇ ਆਹ ਆਪਾਂ ਬਾਕੀ ਜਿਹੜੀਆਂ ਇਹ ਨਹੀਂ ਅਰਥ ਆਪਾਂ ਇੱਥੇ ਹੀ ਕਰਦੇ ਹਾਂ, ਕਰੰਟ ਆ ਜਿਹੜਾ ਉਹ ਮੰਨ ਕੇ ਚੱਲੋ ਵੀ ਥੱਲੇ ਵੱਗ ਗਿਆ, ਆ ਜਾਂਦੀ ਜਿੱਦਾਂ ਕਿ ਤਾਰ, ਅਤੇ ਥੱਲੇ ਕੋਈ ਤਾਰ ਨਹੀਂ ਗਈ ਹੈਗੀ। ਲਓ ਜੀ ਲਓ ਜੀ, ਦੇਖੋ ਆਪਣਾ ਜਿਹੜਾ ਝੋਟਾ ਕਰਾਂ ਜੱਚਦੇ ਆ ਨਾ ਟਾਇਰ, ਅਤੇ ਬਾਕੀ ਤੁਹਾਨੂੰ ਹਲੇ ਫੁੱਲ ਤਿਆਰ ਕਰਕੇ ਦਿਖਾਉਣੇ ਆ ਫਿਰ।
ਤੇ ਕੀ ਗੱਲ ਬਾਤ ਆ ਵੀ ਛਤਰੀ ਕਸਤੀ ਆਪਾਂ ਤੇ ਕਨੈਕਸ਼ਨ ਵਗੈਰਾ ਕਰਕੇ ਤੇ ਬਸ ਹੁਣ ਥੱਲੜਾ ਕੰਮ ਰਹਿ ਗਿਆ ਉੱਪਰਲਾ ਫਾਈਨਲ ਬਿਲਕੁਲ ਕਰਤਾ। ਲਓ ਵੀ ਦੋਸਤੋ ਫਾਈਨਲ ਟੱਚ ਬਿਲਕੁਲ ਓਕੇ ਸਾਰਾ ਸਿਸਟਮ ਫਿੱਟ ਕਰਤਾ ਆਪਾਂ ਤੇ ਲਾਈਟਾਂ ਵਗੈਰਾ ਏ ਟੂ ਜੈਡ ਸਾਰੀਆਂ ਫਿੱਟ ਤੇ ਕਨੈਕਸ਼ਨ ਵਗੈਰਾ ਸਾਰੇ ਫਿੱਟ ਠੀਕ ਹੈ ਤੇ ਵਾਇਰਿੰਗ ਵਗੈਰਾ ਸਾਰੀ ਪਾਤੀ ਤੇ ਪਿੱਛੇ ਆਪਣਾ ਪਲੇਅਰ ਆ ਗਿਆ ਪਲੇਅਰ ਤੁਹਾਨੂੰ ਲਓ ਪਲੇਅਰ ਦੀ ਸਾਰੀ ਸੈਟਿੰਗ ਓਕੇ ਹੈਗੀ ਤੇ ਬਿਲਕੁਲ ਫਿਟਿੰਗ ਜਿਵੇਂ ਵੀ ਇਕੱਲੀ ਇਕੱਲੀ ਤਾਰ ਦਾ ਧਿਆਨ ਰੱਖ ਕੇ ਜਿਵੇਂ ਬਿਲਕੁਲ ਓਕੇ ਕਰਤੀ ਤੇ ਹੁਣ ਤੁਸੀਂ ਚੈੱਕ ਕਰੋ ਪਹਿਲਾਂ ਆਪਾਂ ਸੋਚਿਆ ਵੀ ਕਿਸੇ ਕੁਛ ਲਾ ਲੈਂਦੇ ਹਾਂ ਮੂਹਰੇ ਵੀ ਪਰ ਹੁਣ ਆਪਾਂ ਕੈਂਸਲ ਕਰਤਾ ਵੀ ਸਿਆ ਇੱਦਾਂ ਸਾਫ਼ ਹੀ ਰੱਖਾਂਗੇ ਵੀ ਘੈਂਟ ਲੱਗਦਾ ਹੈਗਾ ਅਤੇ ਤੁਸੀਂ ਤੁਹਾਨੂੰ ਦੂਰੋਂ ਦਿਖਾ ਦੇਣਾ ਅਤੇ ਲੁੱਕ ਚੈੱਕ ਕਰੋ ਕਿੱਦਾਂ ਦੀ ਲੱਗਦੀ ਹੈਗੀ ਅਤੇ ਅਲਟੀਨੇਟਰ ਵਗੈਰਾ ਜਿਹੜਾ ਆਪਾਂ ਉਹ ਆਪਣਾ ਪਹਿਲਾਂ ਦਾ ਹੀ ਕੰਮ ਕਰਜੂ ਕਿਉਂਕਿ ਕੰਪਨੀ ਨੇ ਚੰਗੀ ਵਧੀਆ ਘੈਂਟ ਅਲਟੀਨੇਟਰ ਦਿੱਤਾ ਜਿਹੜਾ ਵੀ ਕੋਈ ਦਿੱਕਤ ਨਹੀਂ ਦਿੰਦਾ ਅਤੇ ਫਰੰਟ 'ਤੇ ਜਿਹੜੀ ਬਾਰਲੈਟ ਆਪਾਂ ਲਾਈ ਆ ਉਹ ਸਮੋਕ ਕਰਕੇ ਲਵਾ ਦਿਓ ਵੀ ਅਤੇ ਘਰੋਂ ਵੀ ਚੈੱਕ ਕਰਾਂ। ਬਾਕੀ ਦੋਸਤੋ ਜਿਹੜੇ ਯਾਰ ਦੋਸਤ ਨੇ ਇਹਦੀ ਆਡੀਓ ਸੁਣਨੀ ਆ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਾ ਕੇ ਚੈੱਕ ਕਰੋ ਠੀਕ ਹੈ ਇਹਦੇ ਉੱਤੇ ਜੋ ਚਲਾਉਣਾ ਕਾਪੀਰਾਈਟ ਕਲੇਮ ਆ ਜਾਂਦਾ ਬਾਕੀ ਸਾਊਂਡ ਤਾਂ ਨਹੀਂ ਪਤਾ ਲੱਗਦਾ ਅਤੇ ਇੰਸਟਾਗ੍ਰਾਮ ਮਿਊਜ਼ਿਕ ਕਿੰਗ 9500 ਇੰਸਟਾਗ੍ਰਾਮ ਪੇਜ 'ਤੇ ਜਾ ਕੇ ਚੈੱਕ ਕਰਿਓ ਅਤੇ ਜਿਹੜੇ ਯਾਰ ਦੋਸਤ ਆਪਣੇ ਆਹ ਪੇਜ ਚੈਨਲ 'ਤੇ ਨਵੇਂ ਨੇ ਯੂਟਿਊਬ ਚੈਨਲ 'ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਦੋਸਤੋ ਠੀਕ ਹੈ ਅਤੇ ਆਉਣ ਵਾਲੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਉਹ ਤੁਹਾਨੂੰ ਮਿਲਦੀਆਂ ਰਹਿਣ ਅਤੇ ਬਾਕੀ ਮੋਸਤੋ ਮਿਲਦੇ ਇੱਦਾਂ ਦੀ ਘੈਂਟ ਜੀ ਨੈਕਸਟ ਵੀਡੀਓ 'ਚ ਓਕੇ।